मैनू 99413-00007 तो कॉल आती है। मैनू कहिंदे तुसीं सरदार अमरपाल सिंह दे खिलाफ़ बयान दिता, जे तुसीं बयान वापस नहीं लोगे तो तुहाडा सौदा लाया जावांगा। मैं उन्होंने वीर नूं कहना चाहना कि मैं सरदार अमरपाल सिंह दे खिलाफ़ नहीं हूँ। जिहड़े लोग पंजाब दे खिलाफ़ गल कोई करेगा वो कोई पार्टी का बंदा होवे, कोई संस्था नाल जुड़िया होवे, जिस तरीके नाल मर्जी होवे, जिहड़ा पंजाब दे खिलाफ़ पंजाब दे लोगों के खिलाफ़ गल करे जां पंजाब नूं तोड़न की कोशिश करे, मैं उहदा विरोध करांगा। आम आदमी पार्टी के विधायक शीतल अंगराल नूं पिछले दिन एक फोन आंदा, फोन तो बाद धमकी भरिया उन्हां नूं कॉल आंदी है, तो उस तो बाद वो पुलिस नूं कंप्लेट देंदे ने जलंधर पुलिस नूं। साडे नाल MLA साहब शीतल अंगराल जी है। शीतल जी, किहड़ी कॉल तो तुहानूं कॉल नंबर तो कॉल आंदी है ते की मैनू 99413-00007 तो कॉल आंदी है। मैनू कहिंदे तुसीं सरदार अमरपाल सिंह दे खिलाफ़ बयान दिता, जे तुसीं बयान वापस नहीं लोगे ਤੁਹਾਡਾ ਸੌਦਾ ਲਾਇਆ ਜਾਵਾਂਗਾ। ਮੈਂ ਉਹਨਾਂ ਵੀਰ ਨੂੰ ਕਹਿਣਾ ਚਾਹੁੰਦਾ ਕਿ ਮੈਂ ਸਰਦਾਰ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਨਹੀਂ ਹਾਂ, ਮੇਰੀ ਕੋਈ ਨਿੱਜੀ ਤੌਰ 'ਤੇ ਦੁਸ਼ਮਣੀ ਨਹੀਂ ਉਹਨਾਂ ਨਾਲ, ਉਹ ਮੈਂ ਸਿਰਫ ਉਹਨਾਂ ਲੋਕਾਂ ਦੇ ਨਾਲ ਹੈ ਜਿਹੜਾ ਪੰਜਾਬ ਦੇ ਹਿੱਤ 'ਚ ਗੱਲ ਕਰਨਗੇ। ਜਿਹੜੇ ਲੋਕ ਪੰਜਾਬ ਦੇ ਖਿਲਾਫ਼ ਗੱਲ ਕੋਈ ਕਰੇਗਾ ਉਹ ਕੋਈ ਪਾਰਟੀ ਦਾ ਬੰਦਾ ਹੋਵੇ, ਕੋਈ ਸੰਸਥਾ ਨਾਲ ਜੁੜਿਆ ਹੋਵੇ, ਜਿਸ ਤਰੀਕੇ ਨਾਲ ਮਰਜ਼ੀ ਹੋਵੇ, ਜਿਹੜਾ ਪੰਜਾਬ ਦੇ ਖਿਲਾਫ਼ ਪੰਜਾਬ ਦੇ ਲੋਕਾਂ ਦੇ ਖਿਲਾਫ਼ ਗੱਲ ਕਰੇ ਜਾਂ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕਰੇ, ਮੈਂ ਉਹਦਾ ਵਿਰੋਧ ਕਰਾਂਗਾ। ਉਹ ਕੋਈ ਵੀ ਰੂਪ 'ਚ ਬੰਦਾ ਹੋਵੇ, ਇਹ ਮੈਂ ਅੱਜ ਵੀ ਕਹਿ ਰਿਹਾ, ਮੈਂ ਬਾਅਦ 'ਚ ਵੀ ਕਹਾਂਗਾ, ਕਿਉਂਕਿ ਮੈਂ ਇੱਕ ਪੰਜਾਬ ਦਾ ਵਾਸੀ ਹਾਂ, ਪੰਜਾਬ ਦੇ ਲੋਕਾਂ ਨੇ ਜਲੰਧਰ ਵੈਸਟ ਦੇ ਲੋਕਾਂ ਨੇ ਮੇਰੇ ਉੱਤੇ ਬਹੁਤ ਵੱਡਾ ਵਿਸ਼ਵਾਸ ਕੀਤਾ, ਇਸ ਕਰਕੇ ਮੈਂ ਜਿਸ ਧਰਤੀ 'ਤੇ ਮੇਰਾ ਜਨਮ ਹੋਇਆ, ਮੈਂ ਪੰਜਾਬ ਦੇ ਵਿੱਚ ਅੱਜ ਇਸ ਮਿੱਟੀ ਦੇ ਵਿੱਚ ਪੈਦਾ ਹੋਇਆ, ਅਤੇ ਮੈਂ ਗਦਾਰੀ ਨਹੀਂ ਕਰ ਸਕਦਾ। ਤੁਹਾਨੂੰ ਕੀ ਲੱਗਦਾ ਹੈ, ਕਿਆ ਸਰਦਾਰ ਅੰਮ੍ਰਿਤਪਾਲ ਵੱਲੋਂ ਕਰਵਾਏ ਜਾਂਦੇ ਨੇ ਜਾਂ ਫੇਕ ਕੋਲ? ਮੈਂ ਸਰਦਾਰ ਅੰਮ੍ਰਿਤਪਾਲ ਸਿੰਘ ਦੇ ਨੂੰ ਸਿੱਧਾ ਇਨਡਾਇਰੈਕਟ ਨਹੀਂ ਕਹਿਣਾ ਚਾਹੁੰਦਾ। ਮੈਨੂੰ ਕੀ ਪਤਾ ਕਿਹੜਾ ਲੋਕ ਸ਼ਰਾਰਤੀ ਮੈਨੂੰ ਫੋਨ ਕਰ ਰਿਹਾ, ਇਹ ਪੁਲਿਸ ਇਨਵੈਸਟੀਗੇਸ਼ਨ ਦਾ ਪਾਰਟ ਹੈ, ਇਹ ਪੁਲਿਸ ਕਲੀਅਰ ਕਰੇਗੀ ਕਿ ਉਹਨਾਂ ਮਗਰ ਕਿਹਨਾਂ ਦਾ ਹੱਥ ਹੈ। ਬਾਕੀ ਜਿਹਨਾਂ ਦਾ ਹੱਥ ਹੋਏਗਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਚਿਹਰਾ ਬੇਨਕਾਬ ਹੋ ਜਾਏਗਾ, ਪਰ ਕਿਸੇ ਦਾ ਕੋਈ ਨਾਮ ਨਹੀਂ ਲਊਂਗਾ। ਨਾ ਹੀ ਮੇਰੀ ਸਰਦਾਰ ਅੰਮ੍ਰਿਤਪਾਲ ਸਿੰਘ ਨਾਲ ਕੋਈ ਦੁਸ਼ਮਣੀ ਹੈ, ਉਹਦੇ ਤੋਂ ਇਲਾਵਾ ਮੇਰੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਮੈਂ ਪੰਜਾਬ ਦੇ ਲੋਕਾਂ ਦੇ ਲਈ ਆਵਾਜ਼ ਉਠਾਈ ਹੈ ਕਿ ਜਿਹੜਾ ਪੰਜਾਬ ਨੂੰ ਤੋੜਨ ਦੀ ਆਵਾਜ਼ ਗੱਲ ਕਰੇਗਾ, ਪੰਜਾਬ ਨੂੰ ਖਤਮ ਕਰਨ ਦੀ ਗੱਲ ਕਰੇਗਾ, ਪੰਜਾਬ 'ਚ ਮੋਲ ਖਰਾਬ ਕਰਨ ਦੀ ਗੱਲ ਕਰੇਗਾ, ਅਸੀਂ ਉਹਦੇ ਡੱਟ ਕੇ ਉਹਦੇ ਖਿਲਾਫ਼ ਹਾਂ। ਇੱਕ ਕਦੀ ਅੰਮ੍ਰਿਤਪਾਲ ਨਾਲ ਤੁਹਾਡੀ ਗੱਲਬਾਤ ਹੋਈ ਹੋਵੇ ਜਾਂ ਕਦੀ ਫੋਨ 'ਤੇ ਜਾਂ ਕਦੀ ਮਿਲੇ ਹੋਵੇ, ਤਾਂ ਇਸ ਬਾਰੇ ਕਿਹੜੀ? ਮੇਰੀ ਕੋਈ ਵੀ ਸਰਦਾਰ ਅੰਮ੍ਰਿਤਪਾਲ ਸਿੰਘ ਨਾਲ ਕੋਈ ਵੀ ਮੇਰੀ ਨਿੱਜੀ ਤੌਰ 'ਤੇ ਨਾ ਮੇਰੀ ਗੱਲ ਹੋਈ ਹੈ, ਨਾ ਨਿੱਜੀ ਤੌਰ 'ਤੇ ਮੈਂ ਉਹਨਾਂ ਨੂੰ ਜਾਣਨਾ, ਨਾ ਹੀ ਮੇਰੀ ਉਹਨਾਂ ਨਾਲ ਕੋਈ ਰੰਜਿਸ਼ ਹੈ। ਮੈਂ ਇਹੀ ਉਹਨਾਂ ਅੱਗੇ ਬੇਨਤੀ ਕਰਾਂਗਾ, ਪੰਜਾਬ ਦੇ ਲੋਕ ਬੜੇ ਹੀ ਮਾੜੇ ਸਮੇਂ 'ਚੋਂ ਬਾਹਰ ਨਿਕਲੇ ਆ, ਪੰਜਾਬ ਦੇ ਲੋਕਾਂ ਸਾਥ ਦਿਓ, ਪੰਜਾਬ ਦੇ ਲੋਕਾਂ ਦੇ ਹਿੱਤ 'ਚ ਗੱਲ ਕਰੋ। ਜੇ ਕਿਸੇ ਤਰੀਕੇ ਦੀ ਕੋਈ ਹੋਰ ਵੀ ਬੰਦਾ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕਰਦਾ, ਪੰਜਾਬ ਮੈਂ ਵਾਰ ਵਾਰ ਕਹਿ ਰਿਹਾ ਕਿ ਪੰਜਾਬ ਦੇ ਖਿਲਾਫ਼ ਕੋਈ ਗੱਲ ਕਰਦਾ, ਅਸੀਂ ਲੋਕ ਉਹਦੇ ਖਿਲਾਫ਼ ਹਾਂ। ਅਤੇ ਅੱਜ ਵੀ ਤੁਸੀਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਏ ਹੋ, DCP ਸਾਹਿਬ ਨਾਲ ਗੱਲਬਾਤ ਹੋਈ ਹੈ, ਮੀਟਿੰਗ ਹੋਈ ਹੈ, ਕਿ ਉਹਨਾਂ ਨੇ ਕੀ ਪ੍ਰੋਸੈਸ? ਮੈਨੂੰ ਇਹੀ ਹੈ ਕਿ ਜਿਹੜੇ ਲੋਕ ਮੈਨੂੰ ਫੋਨ ਕਰਵਾ ਰਹੇ ਉਹਨਾਂ ਬਾਰੇ ਪਤਾ ਕੀਤਾ ਜਾਵੇ, ਕਿਹੜੇ ਲੋਕ ਆ ਜਿਹੜੇ ਮੈਨੂੰ ਕਹਿੰਦੇ ਮੇਰਾ ਸੌਦਾ, ਮੇਰੇ ਪਰਿਵਾਰ ਦਾ ਸੌਦਾ ਲਾਣਗੇ, ਕਿਹੜੇ ਲੋਕ ਹੈ ਜਿਹੜੇ ਮੈਨੂੰ ਕਾਲ ਕਰ ਰਹੇ ਆ, ਕਿਉਂਕਿ ਜਿਹੜਾ ਨੰਬਰ ਹੈ ਇਹ ਪੰਜਾਬ ਤੋਂ ਬਾਹਰ ਦਾ ਨੰਬਰ ਹੈ। ਬੜੀ ਜਲਦੀ ਉਹਨਾਂ ਲੋਕਾਂ ਦੀ ਅਰੈਸਟ ਵੀ ਪਏਗੀ, ਉਹਨਾਂ ਲੋਕਾਂ ਕੋਲ ਪੁੱਛਿਆ ਜਾਏਗਾ ਤੁਹਾਨੂੰ ਕਿਹੜੇ ਬੰਦੇ ਨੇ ਫੋਨ ਕਰਵਾਇਆ, ਕਿਹੜੇ ਮੇਰਾ ਸੌਦਾ ਲਾਉਣਾ ਚਾਹੁੰਦੇ ਆ। ਮੈਨੂੰ ਆਪਣੀ ਜਾਨ ਨਾਲ ਕੋਈ ਪਰਵਾਹ ਨਹੀਂ, ਕਿਉਂਕਿ ਮੈਂ ਜੇ ਮੈਨੂੰ ਕੁਰਬਾਨੀ ਵੀ ਦੇਣੀ ਪੈ ਜਾਏਗੀ ਆਪਣੇ ਲੋਕਾਂ ਦੇ ਲਈ, ਜੇ ਮੈਨੂੰ ਆਪਣੇ ਲੋਕਾਂ ਦੇ ਲਈ ਸ਼ਹੀਦੀ ਵੀ ਦੇਣੀ ਪੈ ਜਾਏ, ਮੈਨੂੰ ਜਿੱਥੇ ਮੇਰੀ ਲੋੜ ਹੈ, ਜੇ ਮੇਰੀ ਮੌਤ ਦੇ ਨਾਲ ਮੇਰਾ ਪੰਜਾਬ ਠੰਡਾ ਹੁੰਦਾ ਤਾਂ ਮੈਂ ਆਪਣੀ ਜਾਨ ਦੇਣ ਨੂੰ ਤਿਆਰ ਹਾਂ, ਪਰ ਮੇਰੇ ਪੰਜਾਬ ਦਾ ਮੋਲ ਖਰਾਬ ਨਾ ਹੋਵੇ। ਮੇਰੇ ਪੰਜਾਬ ਦੇ ਵਿੱਚ ਜਿਹੜੇ ਲੋਕ ਅੱਜ ਅੱਗ ਲਗਾ ਰਹੇ ਆ, ਮੈਂ ਉਹਨਾਂ ਅੱਗੇ ਜੁੜ ਕੇ ਬੇਨਤੀ ਕਰਦਾ ਕਿ ਪੰਜਾਬ ਬੜੇ ਮਾੜੇ ਸਮੇਂ 'ਚੋਂ ਬਾਹਰ ਨਿਕਲਿਆ, ਪੰਜਾਬ ਅਜੇ ਤੱਕ ਆਪਣੇ ਪੈਰਾਂ 'ਤੇ ਖੜ੍ਹਾ ਨਹੀਂ ਹੋਇਆ, ਅਤੇ ਅਸੀਂ ਦੁਬਾਰਾ ਫਿਰ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਕਰਕੇ ਆਪਣੇ ਆਪ ਨੂੰ ਜਿਹੜਾ ਮਾਹੌਲ ਹੈ ਕੰਟਰੋਲ ਕੀਤਾ ਜਾਵੇ, ਇੱਦਾਂ ਦੀ ਗੱਲਾਂ ਤੋਂ ਬੈਕਅਪ ਕੀਤਾ ਜਾਵੇ। ਵਿਰੋਧੀ ਧਿਰਾਂ ਵੱਲੋਂ ਵੀ ਤੁਹਾਨੂੰ ਬਿਆਨਬਾਜ਼ੀ ਕੀਤੀ ਜਾਂਦੀ ਵੀ ਹਾਂ ਵੀ ਕਿਹੜੇ ਸ਼ੀਤਲ ਅੰਗਰਾਲ, ਕਿਹੜੇ ਐਸੇ ਸਕਿਉਰਿਟੀ ਲੈਣ ਲਈ ਕਿਹੜੇ ਪ੍ਰਬੰਧ? ਮੇਰੇ ਕੋਲ ਸਕਿਉਰਿਟੀ ਹੈਗੀ, ਮੈਂ ਕਰ ਰਿਹਾ, ਮੇਰੇ ਕੋਲ ਪਹਿਲੇ ਹੈਗੀ ਹੈ। ਮੈਂ ਸਕਿਉਰਿਟੀ ਕੀ ਕਰਨੀ ਹੈ? ਮੈਂ ਸਕਿਉਰਿਟੀ ਕੀ ਕਰਨੀ ਹੈ? ਮੈਂ ਫੋਨ ਕਰਵਾ ਰਿਹਾ ਕਿਸੇ ਨੂੰ, ਕਾਲ ਕਰਾ ਰਿਹਾ ਕਿਸੇ, ਇਹ ਕਿੰਨੀ ਘਟੀਆ ਸੋਚ, ਕਿੰਨੀ, ਕਿਉਂਕਿ ਉਹ ਲੋਕ ਆਪ ਬੁਖਲਾਏ ਹੋਏ ਆ, ਲੋਕਾਂ ਨੇ ਉਹਨਾਂ ਲੋਕਾਂ ਨੂੰ ਘਰ ਬਿਠਾ ਦਿੱਤਾ, ਉਹ ਰਾਜਨੀਤੀ ਲੋਕਾਂ ਨੇ ਉਹਨਾਂ ਨੂੰ ਪਛਾੜ ਕੇ ਅੱਜ ਕੁਰਸੀਆਂ ਤੋਂ ਲਾ ਕੇ ਘਰ ਬਿਠਾ ਦਿੱਤਾ, ਕਿਉਂਕਿ ਜੋ ਜੋ ਉਹਨਾਂ ਨੇ ਇਲਾਕਿਆਂ 'ਚ ਕੀਤਾ ਮੈਂ ਅੱਜ ਉਹ ਕੰਮ ਨਹੀਂ ਕਰ ਪਾ ਰਿਹਾ, ਕੋਈ ਮੇਰਾ ਮਨ ਨਹੀਂ ਮਰ ਰਿਹਾ ਕਿ ਲੋਕਾਂ ਦੇ ਜ਼ਮੀਰ ਵੇਚ ਕੇ ਲੋਕਾਂ ਦਾ ਖੂਨ ਪੀਵਾਂ। ਉਹ ਲੋਕਾਂ ਨੇ ਪੀਤਾ ਅਤੇ ਲੋਕਾਂ ਨੇ ਜੋ ਉਹਨਾਂ ਲੋਕਾਂ ਨੂੰ ਘਰ ਬਿਠਾ ਦਿੱਤਾ। ਅੱਜ ਜੇ ਮੈਂ ਕੰਮ ਕਰ ਰਿਹਾ ਲੋਕਾਂ ਦੇ ਲਈ, ਪੰਜਾਬ ਦੇ ਲੋਕਾਂ ਨੇ ਮੈਨੂੰ ਬਹੁਤ ਵੱਡਾ ਇੱਕ ਵੱਡੀ ਕੁਰਸੀ 'ਤੇ ਬਿਠਾਇਆ, ਅੱਜ ਮੈਂ ਆਪਣੇ ਹਲਕੇ ਦੀ ਲੜਾਈ ਲੜ ਰਿਹਾ, ਉਹਨਾਂ ਲੋਕਾਂ ਕੋਲ ਲੜਾਈ ਬਰਦਾਸ਼ਤ ਨਹੀਂ ਹੋ ਰਹੀ। ਅੱਜ ਪੰਜਾਬ ਸਰਕਾਰ ਤੁਹਾਡੀ ਹੈਗੀ ਆਮ ਆਦਮੀ ਪਾਰਟੀ ਦੀ ਹੈ, ਲਗਾਤਾਰ ਕਈ ਵਾਰ ਜਦੋਂ ਤੁਸੀਂ ਹੱਕ 'ਚ ਬੋਲਦੇ ਹੋ ਉਦੋਂ ਨਾਲ ਹੀ ਤੁਹਾਨੂੰ ਕਈ ਪਿਛਲੀ ਵਾਰ ਵੀ ਧਮਕੀ ਆਈ ਸੀ, ਅਤੇ ਹੁਣ ਫਿਰ ਧਮਕੀ ਦੇਣ ਵਾਲਿਆਂ ਦਾ ਕੋਈ, ਮੈਂ ਨਹੀਂ ਕਹਿ ਸਕਦਾ, ਜਿੰਨੀ ਮਰਜ਼ੀ ਧਮਕੀ ਦੇਣ, ਜਿੰਨੇ ਮੇਰਾ ਨੁਕਸਾਨ ਕਰਨਾ ਕਰ ਦੇਣ, ਮੇਰਾ ਮੇਰੇ ਪਰਿਵਾਰ ਦਾ ਮੈਨੂੰ ਨਹੀਂ ਪਰਵਾਹ, ਪਰ ਜੇ ਮੇਰੇ ਨੁਕਸਾਨ ਦੇ ਨਾਲ ਮੇਰਾ ਪੰਜਾਬ ਸ਼ਾਂਤ ਹੁੰਦਾ, ਮੇਰੇ ਪੰਜਾਬ ਦਾ ਮਾਹੌਲ ਨਹੀਂ ਖਰਾਬ ਹੁੰਦਾ, ਅਤੇ ਮੈਨੂੰ ਆਪਣੀ ਜਿਹੜੀ ਜਾਨ ਦੇਣ ਨੂੰ ਮੈਂ ਬਿਲਕੁਲ ਤਿਆਰ ਬੈਠਾ, ਮੈਨੂੰ ਕੋਈ ਟੈਨਸ਼ਨ। ਹੁਣ ਅੱਜ ਪੁਲਿਸ ਨੇ ਕਿੰਨਾ ਕਿਦੋਂ
ਕਦੋਂ ਤੱਕ? ਬਹੁਤ ਜਲਦੀ ਭਾਜੀ, ਬਹੁਤ ਜਲਦੀ ਬੰਦੇ ਫੜੇ ਜਾਣਗੇ, ਗ੍ਰਿਫਤਾਰ ਹੋਣਗੇ ਬਹੁਤ ਜਲਦੀ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਦੇਖਿਆ, ਅਸੀਂ ਗੱਲਬਾਤ ਕੀਤੀ ਗਈ ਹੈ ਸ਼ੀਤਲ ਅੰਗਰਾਲ ਦੇ ਨਾਲ, ਜੋ ਉਹਨਾਂ ਦਾ ਕਹਿਣਾ ਹੈ। ਹੁਣ ਜੋ ਪੁਲਿਸ ਦੇ ਉੱਤੇ ਉਹਨਾਂ ਨੇ ਜੋ ਹੈ ਇਸ ਦੇ ਬਾਰੇ ਗੱਲਬਾਤ ਕੀਤੀ, ਅੱਜ ਪੁਲਿਸ ਕਮਿਸ਼ਨਰ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਹੈ, ਤਾਂ ਉਹਨਾਂ ਨੇ ਜਲਦੀ ਭਰੋਸਾ ਜਿਤਾਇਆ। ਜੋ ਇਹ ਨੰਬਰ ਹੈ ਜੋ ਪੁਲਿਸ ਵੱਲੋਂ ਟਰੇਸ ਕੀਤਾ ਗਿਆ, ਇਹ ਰਾਜਸਥਾਨ ਦਾ ਜੋ ਨੰਬਰ ਹੈ, ਉਹਨਾਂ ਪੁਲਿਸ ਵੱਲੋਂ ਇਸ ਬਾਰੇ ਕਿਹਾ ਗਿਆ, ਜਲਦੀ ਪਾਰਟੀ ਜੋ ਟੀਮਾਂ ਬਣਾ ਦਿੱਤੀਆਂ ਗਈਆਂ, ਟੀਮਾਂ ਬਣਾ ਕੇ ਜਲਦੀ ਜਿਹੜੇ ਦੋਸ਼ੀ ਹੈ ਉਹ ਗ੍ਰਿਫਤਾਰ ਕੀਤੇ ਜਾਣਗੇ। ਕੈਮਰਾਮੈਨ ਦੇਵਰਾਜ ਦੇ ਨਾਲ ਸੋਨੂ ਮਹਾਜਨ, ਪੰਜਾਬ ਕੇਸਰੀ ਟੀਵੀ, ਜਲੰਧਰ।